तख्त श्री केसगढ़ साहब श्री आनंदपुर साहब विखे हुई बेअदबी की घटना तो बाद एस जी पी सी प्रधान बीबी जगीर कौर पहुंची श्री आनंदपुर साहब। पत्रकारों नाल गलबात करते उन्होंने कहा कि बेअदबी करने वाला एस जी पी सी दे वर्करां ने फड़ के पुलिस नूं दे दिता है ते हुण सरकार दा काम है इस सारे मामले की जांच करना। इन्हां गल्लां नाल कुछ नहीं बनना। जे तुहानूं असीं खुले छड़ दईए ते जिहड़ा आएगा उहनूं कुट्टण लग पौगे, जिहड़ा आएगा मारन लग पौगे, ते फिर गुरु घर की बदनामी असीं कर रहे। गुरु घर च ते प्यार दीआं झोलियां वंडीआं जांदीआं, गुरु घर विच ते गलवक्कड़ी पाई जांदी है। कोई माड़ा आवे चंगा आवे, हुण जे आए आ मत्था टेकण, उहनूं तुसीं मत्था टेकण तों रोकोगे, कितना रोक लांगे असीं। ਇਹ ਤਾਂ ਹੋ ਸਕਦਾ ਜਿਹੜਾ ਆਇਆ ਉਹ ਆਪਣੀ ਸੰਜਮ ਨਾ ਹੋਵੇ, ਹੱਥ ਪੈਰ ਧੋ ਕੇ ਅੰਦਰ ਜਾਵੇ, ਸ਼ਰਧਾ ਨਾ ਜਾਵੇ, ਉਹਦਾ ਜਿਹੜਾ ਕਰਮ ਬੰਦਾ ਹੈ। ਪਰ ਅਸੀਂ ਕਿਸੇ ਨੂੰ ਡਾਂਟ ਨਹੀਂ ਸਕਦੇ, ਕਿਸੇ ਨੂੰ ਰੋਕ ਨਹੀਂ ਸਕਦੇ। ਹੁਣ ਆ ਜਿਹੜੇ ਬੈਠੇ ਨੇ ਇੱਥੇ ਭਰਾ ਸਾਡੇ, ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਇੱਥੇ ਕਾਹਦੇ ਲਈ ਅਸੀਂ ਬੈਠਣਾ। ਜਾ ਕੇ ਐਸ ਐਸ ਪੀ ਦਾ ਸਿਰ ਪਾੜੋ ਵੀ ਸਾਨੂੰ ਇਨਸਾਫ਼ ਦਿਓ, ਸਾਡਾ ਸੱਚ ਕੱਢੋ। ਸਾਡੀ ਜੋ ਡਿਊਟੀ ਬਣਦੀ ਸੀ ਸੇਵਾਦਾਰਾਂ ਦੀ ਕਰ ਲਈ, ਸੇਵਾਦਾਰਾਂ ਨੇ ਫੜ ਕੇ ਉਹਨੂੰ ਅੰਦਰ ਦੇ ਦਿੱਤਾ। ਇਹ ਤੇ ਹੁਣ ਡਿਊਟੀ ਬਣਦੀ ਹੈ ਪ੍ਰਸ਼ਾਸਨ ਦੀ ਕਿ ਸਖਤੀ ਨਾਲ ਉਹਨਾਂ ਕੜੀਆਂ ਨੂੰ ਜੋੜੇ ਜਿਹੜੀਆਂ ਕੜੀਆਂ ਜੁੜ ਰਹੀਆਂ ਨੇ, ਔਰ ਇਹ ਕੱਢੇ ਕਿ ਇਹ ਸਾਰਾ ਕੁਝ ਕਿਉਂ ਹੋ ਰਿਹਾ, ਕਿੱਦਾਂ ਥਾਂ ਥਾਂ ਉੱਤੇ ਹੋ ਰਿਹਾ। ਔਰ ਸਾਰੇ ਚੁੱਪ ਇੱਥੇ ਆ ਜਾਂਦੀ, ਆ ਕੇ ਸਭ ਦਾ ਇੱਕੋ ਤਰੀਕਾ ਲੱਭ ਲਿਆ ਉਹਨਾਂ ਨੇ। ਸਰਕਾਰ ਦੇ ਪ੍ਰਸ਼ਾਸਨ ਨੇ ਵੀ ਬਈ ਜੀ ਆ ਜਾਓ ਤੁਹਾਡੀ ਤਸੱਲੀ ਕਰਾ ਦਿੰਦੇ ਹਾਂ ਜੀ, ਉੱਥੇ ਵੀ ਇੱਦਾਂ ਹੀ ਹੋਇਆ ਜੋ ਰਹੀ ਹੈ, ਪੰਜ ਬੰਦੇ ਦੇ ਦਿਓ ਜੀ। ਹੁਣ ਇਹ ਬੰਦੇ ਨੇ ਜਾ ਕੇ ਪੁੱਛ ਹੀ ਸਕਦੇ ਨੇ, ਏਜੰਸੀ ਨਹੀਂ ਨਾ ਲੱਭ ਸਕਦੇ, ਏਜੰਸੀ ਤੋਂ ਉਹੀ ਲੱਭਣਗੇ। ਜੇ ਇਹ ਭਾਪ ਗਏ ਹੈ ਕਿ ਕਿਸੇ ਏਜੰਸੀ ਨਾਲ ਜੁੜਿਆ ਲੱਗਦਾ ਬੰਦਾ, ਬੰਦਾ ਕੋਈ ਟ੍ਰੇਨ ਕੀਤਾ ਹੋਇਆ, ਬੰਦੇ ਨੂੰ ਹਿਪਨੋਟਾਈਜ਼ ਕਰਕੇ ਤਿਆਰ ਕਰਦੇ ਆ। ਉਹ ਵੀ ਜੋਲੀਆਂ ਵੀ ਇਦਾਂ ਹੀ ਲੱਗਦਾ ਸੀ, ਜਦੋਂ ਕਹਿੰਦੀ ਕਿ ਮੈਨੂੰ ਮੈਂ ਦੁਖੀ ਸੀ, ਮੈਂ ਦਸਾਂ ਬੜੀਆਂ ਕਰਦੀ ਸੀ ਤੇ ਮੈਂ ਜਾ ਕੇ ਜਦੋਂ ਅਰਦਾਸ ਕੀਤੀ ਮੇਰੀ ਪੂਰੀ ਨਹੀਂ ਹੋਈ, ਮੈਂ ਲਿਆ ਕੇ ਅੱਖ ਲਾ ਕੇ। ਇਹ ਕੋਈ ਹੈ? ਇਹਨੇ ਵੀ ਕਿਹਾ ਕਿ ਮੈਂ ਆਇਆ ਸੀ, ਸ਼ਰਧਾ ਸੀ, ਮੇਰਾ ਮਨ ਕਰਿਆ ਆਇਆ ਤੇ ਮੈਂ ਉੱਥੇ ਛੋੜ ਦਿੱਤੀ। ਮਤਲਬ ਇੱਥੇ ਆ ਕੇ ਇਹ ਆ ਕੇ ਮਨ ਆਏ ਦੀ ਗੱਲ ਕਰਦੇ, ਫਿਰ ਦੇਖੋ ਕੋਈ ਦੌੜਾ ਨਹੀਂ, ਬੀਬੀ ਵੀ ਕੋਈ ਦੌੜੀ ਨਹੀਂ, ਜਾ ਕੇ ਉਹਨੇ ਆਪਣੇ ਘਰ ਬੈਠ ਗਈ, ਰੋਟੀਆਂ ਪਕਾ ਰਹੀ ਹੈ, ਉਹਨੂੰ ਜਾ ਕੇ ਤੇ ਘਰੋਂ ਬਣੀ। ਇਹ ਵੀ ਇੱਦਾਂ ਹੀ ਤੋੜਿਆ ਨਹੀਂ ਸਕਾ, ਪਟਕਾ ਜਿਹਾ ਲਾ ਲਿਆ, ਸ਼ਾਇਦ ਹੋਰ ਵੀ ਅਦਬੀ ਕੀਤੀ, ਨੰਗਾ ਸਿਰ ਕਰ ਲਿਆ। ਸੋ ਇਹ ਗੱਲਾਂ ਜਿਹੜੀਆਂ ਨੇ ਇਹ ਕਿੱਦਾਂ ਤਰੀਕਾ ਸਿਖਾਇਆ ਜਾਂਦਾ, ਇਹ ਕੌਣ ਨੇ ਜਿਹੜੇ ਇਹਨਾਂ ਨੂੰ ਦਿੰਦੇ ਹੈ? ਇਹ ਸਾਡੇ ਤੇ ਗੁਰੂ ਅੱਗੇ ਅਰਦਾਸ ਹੈ, ਵੱਡੀ ਅਰਦਾਸ ਤੇ ਮੇਰੀ ਤੇ ਗੁਰੂ ਅੱਗੇ ਹੀ। ਮੈਂ ਕਿਸੇ ਵਿਅਕਤੀ ਤੋਂ ਆਸ ਨਹੀਂ ਰੱਖਦੀ ਕਿ ਇਹ ਇਨਸਾਫ਼ ਕਰੇ, ਪਰ ਸੁਚੇਤ ਹੋਈ ਆਪਾਂ ਸਿੱਖ ਸੰਗਤ ਵੀ ਇਹਨਾਂ ਦੀਆਂ ਗੱਲਾਂ ਪਿੱਛੇ ਆ ਕੇ, ਇਹਨਾਂ ਦੀਆਂ ਚਾਲਾਂ ਪਿੱਛੇ ਆ ਕੇ, ਇਹਨਾਂ ਦੀਆਂ ਸ਼ਰਾਰਤਾਂ ਪਿੱਛੇ ਆ ਕੇ ਅਸੀਂ ਨਾ ਆਪਸ ਵਿੱਚ ਕਲੈਸ਼ ਪਾਈਏ, ਅਸੀਂ ਨਾ ਵੰਡੇ ਜਾਈਏ, ਸਾਡੀ ਭਾਈਚਾਰਕ ਸਾਂਝ ਜਿਹੜੀ ਹੈ ਉਹਦੇ 'ਚ ਬੜਤਰ ਨਾ।